ਵੱਡਾ ਸਵਾਲ ਸਾਰਿਆਂ ਦੇ ਜ਼ਿਹਨ 'ਚ ਆ ਰਿਹਾ ਹੈ ਕਿ ਜਿੰਨਾ ਆਧਾਰ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸਤ ਦੇ ਵਿੱਚ ਸੀ, ਕੀ ਸੁਖਬੀਰ ਬਾਦਲ ਉਸ ਆਧਾਰ ਨੂੰ ਕਾਇਮ ਰੱਖ ਪਾਉਣਗੇ? ਉਹਨਾਂ ਦੀ ਮੌਤ ਤੋਂ ਬਾਅਦ ਅਕਾਲੀ ਦਲ ਦੇ ਲਈ ਕੀ ਚੁਣੌਤੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਬਰਕਰਾਰ ਰਹਿਣ ਵਾਲੀਆਂ? ਅਕਾਲੀ ਦਲ ਆਪਣੇ ਆਪ ਦੇ ਵਿੱਚ ਵੱਖਰੀ ਤਰ੍ਹਾਂ ਦੀ ਪਾਰਟੀ ਹੈ। ਇਹ ਸ਼ੁਰੂ ਇਸ ਜਿਹੜੀ ਸ਼ੁਰੂਆਤ ਹੈ ਇਹਦੀ, ਉਹ ਪੰਥਕ ਬੇਸਡ ਪਾਰਟੀ ਦੇ ਤੌਰ 'ਤੇ, ਇਸ ਕਰਕੇ ਇਹਦਾ ਇੱਕ ਆਧਾਰ ਪਰਮਾਨੈਂਟ ਹੈ ਪੰਜਾਬ ਦੇ ਵਿੱਚ। ਅਤੇ ਜਿਹੜੀ ਪੰਥਕ ਵੋਟ ਹੈ ਉਹ ਪੰਜਾਬ ਦੇ ਵਿੱਚ ਉਹ ਉਸ ਤਰ੍ਹਾਂ ਹੀ ਕਾਇਮ ਰਹਿੰਦੀ ਹੈ। ਉਹ ਡਿਪੈਂਡ ਕਰਦਾ ਕਿ ਲੀਡਰਸ਼ਿਪ ਕਿਹੋ ਜਿਹੀ ਅੱਗੇ ਪੋਲਿਸੀ ਅਡਾਪਟ ਕਰਦੀ ਹੈ। ਮਸਲਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਥੋੜ੍ਹਾ ਜਿਹਾ ਸ਼ਿਫਟ ਕਰ ਗਏ ਸੀ ਪੰਥ ਤੋਂ, ਇਹ ਪੰਜਾਬੀਅਤ ਵੱਲ ਆ ਗਏ ਸੀਗੇ। ਇਹਨਾਂ ਦੀ ਐਮਫੇਸਿਸ ਟੋਟਲ ਪੰਜਾਬੀਅਤ ਵੱਲ ਸੀਗੀ। ਅਤੇ ਉਹਦੇ ਵਿੱਚ ਫਿਰ ਇਹਨਾਂ ਦੀ ਜਿਹੜੀ ਮਾਸ ਸਪੋਰਟ ਸੀ ਪਾਰਟੀ ਦੀ, ਉਹਨੂੰ ਖੋਰਾ ਵੀ ਲੱਗਿਆ ਸੀਗਾ। ਹੁਣ ਸਾਹਿਬ ਸੁਖਬੀਰ ਸਿੰਘ ਬਾਦਲ 2008 ਤੋਂ ਅਕਾਲੀ ਦਲ ਦੇ ਪ੍ਰਧਾਨ ਚੱਲੇ ਆ ਰਹੇ ਹੈ, ਸੋ ਉਹ ਤਾਂ ਆਲਰੇਡੀ ਜ਼ਿੰਮੇਦਾਰੀ ਸੰਭਾਲੀ ਹੋਈ ਹੈ ਉਹਨਾਂ ਨੇ ਜੀ। ਅਤੇ ਬਾਦਲ ਸਾਹਿਬ ਕਾਫੀ ਦੇਰ ਤੋਂ ਵਰਚੁਅਲੀ ਫੀਲਡ ਦੇ ਵਿੱਚ ਤਾਂ ਇਨਐਕਟਿਵ ਹੀ ਸੀਗੇ। ਅਤੇ ਹੁਣ ਡਿਪੈਂਡ ਕਰੇਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਐਬਸੈਂਸ ਦੇ ਵਿੱਚ ਆਪਣੀ ਪਾਰਟੀ ਨੂੰ ਅੱਗੇ ਕਿਵੇਂ ਤੋਰਦੇ ਆ, ਕਿਹੜੀਆਂ ਪਾਲਿਸੀਜ਼ ਲੈ ਕੇ ਚੱਲਦੇ ਆ, ਕੋਈ ਚੇਂਜ ਕਰਦੇ ਹੈ, ਕਿਉਂਕਿ ਇਸ ਵੇਲੇ ਇਹਨਾਂ ਨੂੰ ਚੈਲੇਂਜ ਬਹੁਤ ਵੱਡੇ ਹੈਗੇ ਆ। ਉਹ ਚੈਲੇਂਜ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਪੈਦਾ ਹੋ ਗਏ ਸੀਗੇ। ਦੇਖੋ ਜਿਹੜੀ ਗੱਲ ਤੁਸੀਂ ਕੀਤੀ ਕਿ ਮਾਸ ਸਪੋਰਟ ਮਾਸ ਬੇਸ, ਉਹਨਾਂ ਦੀ ਪਰਸਨੈਲਿਟੀ ਦੇ ਦੋ ਪੱਖ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਫਿਰ ਇਹਦਾ ਫਿਊਚਰ ਪਾਰਟੀ ਦਾ ਸਮਝ ਆ ਜਾਏਗਾ ਆਪਾਂ ਨੂੰ। ਇੱਕ ਤਾਂ ਨੈਸ਼ਨਲ ਉਹਨਾਂ ਦੀ ਜਿਹੜਾ ਸਟੇਟਸ ਹੈ, ਅੱਜ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਰਾਂ ਨੇ ਆਰਟੀਕਲ ਲਿਖਿਆ ਕਿ ਇਹ ਪਹਿਲੀ ਵਾਰ ਮੈਂ ਦੇਖਿਆ ਕਿ ਪ੍ਰਾਈਮ ਮਿਨਿਸਟਰ ਨੇ ਕਿਸੇ ਲੀਡਰ ਦੀ ਜਾਣ ਤੋਂ ਬਾਅਦ ਇੰਨੀ ਇਸ ਤਰ੍ਹਾਂ ਸ਼ਰਧਾਂਜਲੀ ਪੇਸ਼ ਕੀਤੀ ਹੈ। ਇਹ ਨੈਸ਼ਨਲ ਲੈਵਲ ਦਾ ਜਿਹੜਾ ਸਟੇਚਰ ਹੈ ਬਾਦਲ ਸਾਹਿਬ ਦਾ, ਉਹ ਇੰਡੀਕੇਟ ਕਰਦਾ ਇੱਕ ਆਪਣੇ ਆਪ ਦੇ ਵਿੱਚ, ਮੇਰੇ ਖਿਆਲ 'ਚ ਬਹੁਤ ਵੱਡੀ ਗੱਲ ਹੈ। ਦੂਸਰਾ, ਪੰਜਾਬ ਦੀ ਅਤੇ ਪੰਥਕ ਸਿਆਸਤ ਵਿੱਚ ਉਹਨਾਂ ਦਾ ਸਟੇਟਸ ਕੀ ਹੈ, ਇੱਥੇ ਵੱਖਰੀਆਂ ਵੱਖਰੀਆਂ ਗੱਲਾਂ ਹੈਗੀਆਂ ਦੋਵੇਂ। ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਹੁਣ ਜਦੋਂ ਉਹ ਇਸ ਦਿਨਾਂ ਦੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੀ ਲਿਗੇਸੀ ਕੀ ਹੈ? ਇੱਕ ਤਾਂ ਉਹ ਅਖੀਰਲੀ ਇਲੈਕਸ਼ਨ ਖੁਦ ਹਾਰੇ, ਦੂਸਰਾ ਉਹਨਾਂ ਦੇ ਖਿਲਾਫ ਇੱਕ ਕੇਸ ਇਸ ਵੇਲੇ ਉਹਨਾਂ ਦੇ ਚਾਰਜ ਸ਼ੀਟ ਦੇ ਵਿੱਚ ਨਾ ਹੈਗਾ, ਔਰ ਕੇਸ ਕੋਈ ਸਧਾਰਨ ਕੇਸ ਨਹੀਂ ਹੈ, ਉਹ ਐਸੋਸੀਏਟਿਡ ਹੈ, ਮੈਂ ਐਸੋਸੀਏਟਿਡ ਕਹਿ ਰਿਹਾ, ਜਿਹੜੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧ ਹੈ ਕੇਸ, ਉਹਦੇ ਨਾਲ ਸੰਬੰਧਿਤ ਹੈ। ਜਿਸ ਲੀਡਰ ਨੇ 50 ਸਾਲ ਅਕਾਲੀ ਸਿਆਸਤ ਦੇ ਉੱਪਰ ਰਿਜ਼ਾਈਡ ਕੀਤਾ ਹੋਵੇ, ਉਹਦੇ ਜਾਣ ਵੇਲੇ ਇੱਕ ਤਾਂ ਇਹ ਕੇਸ ਖੜ੍ਹਾ ਹੋਵੇ, ਅਤੇ ਅਖੀਰਲੀ ਇਲੈਕਸ਼ਨ 5 ਵਾਰ ਰਿਹਾ ਮੁੱਖ ਮੰਤਰੀ ਹਾਰੇ, ਜਿਹਨੂੰ ਫਖਰੇ ਕੌਮ ਪੰਥ ਰਤਨ ਦਾ ਅਵਾਰਡ ਵੀ ਮਿਲਿਆ ਹੋਇਆ, ਅਤੇ ਮੇਰਾ ਖਿਆਲ ਇਹ ਦੂਸਰੀ ਡਾਇਮੈਂਸ਼ਨ ਹੈ। ਸੋ ਇਹ ਦੋਵੇਂ ਡਾਇਮੈਂਸ਼ਨ ਰੀਕੋਸਾਈਲ ਨਹੀਂ ਹੁੰਦੀਆਂ। ਸੋ ਜਦੋਂ ਆਪਾਂ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਭਵਿੱਖ ਦੇਖਦੇ ਹਾਂ, ਉਦੋਂ ਦੂਸਰੀ ਡਾਇਮੈਂਸ਼ਨ ਇੰਪੋਰਟੈਂਟ ਹੈ ਕਿ ਅਕਾਲੀ ਦਲ ਉਹ ਜਿਹੜਾ ਬੈਗੇਜ ਹੈ ਉਹਨੂੰ ਲੈ ਕੇ ਅੱਗੇ ਵੱਧ ਸਕਦਾ ਹੈ ਜਾਂ ਉਹਦੇ ਵਿੱਚ ਕੋਈ ਕੋਰਸ ਕੁਰੈਕਸ਼ਨ ਹੋਏਗੀ। 2024 ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਇੱਕ ਸਾਲ ਦਾ ਸਮਾਂ ਬਚਿਆ, ਜਿਸ ਤਰੀਕੇ ਦੇ ਨਾਲ ਲਗਾਤਾਰ 2 ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਹੈ ਅਕਾਲੀ ਦਲ ਦੀ, ਔਰ ਜਿਸ ਤਰ੍ਹਾਂ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਵੀ ਪੰਥਕ ਮੁੱਦਾ ਉਹਨਾਂ ਨੇ ਲਿਆਂਦਾ ਪਰ ਉੱਥੇ ਵੀ ਕਾਮਯਾਬ ਨਹੀਂ ਹੋ ਸਕੇ, ਅਤੇ 2024 ਚੋਣਾਂ ਦੀ ਜੇ ਗੱਲ ਕਰੀਏ ਤਾਂ ਉੱਥੇ ਅਕਾਲੀ ਦਲ ਦਾ ਸਟੈਂਡ ਕਿੱਥੇ ਖੜਿਆ ਦੇਖਦੇ ਹੋ? ਨਹੀਂ, ਹਾਲੇ ਤਾਂ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹਨਾਂ ਦਾ ਬੈਗੇਜ ਉਹੀ ਚੱਲ ਰਿਹਾ ਹੈ, ਕੋਈ ਕੋਰਸ ਕੁਰੈਕਸ਼ਨ ਨਜ਼ਰ ਨਹੀਂ ਆਉਂਦੀ, ਅਤੇ ਪਾਰਟੀ ਵੈਸੇ ਬਿਖਰ ਰਹੀ ਹੈ। ਹੁਣ ਕੁਛ ਮਹੀਨੇ ਪਹਿਲਾਂ ਬੀਬੀ ਜਗੀਰ ਕੌਰ ਵੀ ਅਲੱਗ ਹੋ ਗਏ, ਵੱਡੇ ਲੀਡਰ ਸੀ ਆਫਟਰ ਆਲ, ਜਦੋਂ ਵੱਡੇ ਲੀਡਰ ਅਲੱਗ ਹੁੰਦੇ ਹੈ ਉਦੋਂ ਫਰਕ ਤਾਂ ਪੈਂਦਾ ਹੈ ਪਾਰਟੀ ਨੂੰ। ਹੁਣ ਜੋ ਕੁਛ ਬਾਕੀ ਬਚ ਗਿਆ ਕਿ ਸੁਖਬੀਰ ਸਿੰਘ ਬਾਦਲ ਉਹਨੂੰ ਇਕੱਠਾ ਰੱਖ ਸਕਣਗੇ, ਕੁਸ਼ਚਨ ਇਹ ਹੈ। ਨੰਬਰ 2, ਕਿ ਆਪਣਾ ਉਹ ਏਜੰਡਾ ਕੋਈ ਅਮੈਂਡ ਕਰਨਗੇ, ਇਹ 2 ਗੱਲਾਂ 'ਤੇ ਡਿਪੈਂਡ ਕਰਦਾ ਇਹਨਾਂ ਦਾ ਜਿਹੜੀ 2024 ਦੀ ਇਲੈਕਸ਼ਨ ਹੈ ਉਹਦੇ 'ਚ। ਤੀਸਰੀ ਗੱਲ, ਕਿ BJP ਨਾਲ ਮੁੜ ਕੇ ਅਲਾਇੰਸ ਹੋ ਜਾਏਗੀ, ਇਹ ਵੀ ਕੁਸ਼ਚਨ ਮਾਰਕ ਹੈ, ਕਿਉਂਕਿ ਜੇ ਆਪਾਂ ਕੱਲ੍ਹ ਦੇਖੀਏ ਕਿ RSS ਨੇ ਵੀ ਪਹਿਲਾਂ ਇਹਨਾਂ ਦੇ ਜਾਣ 'ਤੇ ਸ਼ਰਧਾਂਜਲੀ
पेश की मोहन भागवत वालों श्रद्धांजलि होनी ये भी बहुत वड्डी गल है। मैं इहनू प्राइम मिनिस्टर नरेंद्र मोदी दे बराबर दी ही गल समझदा। मैं पहला कदे अपने कैरियर दे विच लास्ट साढ़े बहुत वड्डे लीडर जिहड़े गए सीगे वो गुरचरण सिंह टौड़ा सी ते उन्होंने 27 साल श्रोमणी कमेटी की प्रधानगी की सीगी। सो उन्होंने स्टेशन पंथ दे विच बहुत वड्डा सीगा। उदों भी इस तरीके दे नाल श्रद्धांजलियां नैशनल लैवल ते नहीं सी आईयां ते हुण जे ये एक इंडीकेशन है कि बीजेपी हुण अकाली दल नाल हो सकता है कि मुड़ के अलायंस रिवाइव करे कि किसान संघर्ष वेले ये अलायंस टुटी सी ते हुण नवीं सिचुएशन पैदा हो गई है। सो अज जो पी एम दी लैटर हैगी श्रद्धांजलि है वो इंडीकेट करती है कि आने वाले दिनों दे विच खास करके आ जिहड़ी जलंधर लोक सभा बाई इलैक्शन है इस तों बाद ये अलायंस रिवाइव होने के चांसिस हैगे। ਕਿ ਸਰ ਸੁਖਬੀਰ ਬਾਦਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਸੀਨੀਅਰ ਲੀਡਰਸ਼ਿਪ ਪਾਰਟੀ ਛੱਡ ਕੇ ਚਲੇ ਗਏ ਨੇ ਤੇ ਇਹ ਅਸੀਂ ਆਮ ਦੇਖਦੇ ਵੀ ਰਹੇ ਹਾਂ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਅੰਦਰ ਖਾਤੇ ਕਿਤੇ ਨਾ ਕਿਤੇ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਖਫਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਸੁਖਬੀਰ ਬਾਦਲ ਨੂੰ ਅਪਣਾਉਣਗੇ ਜਿਹੜੇ ਸੀਨੀਅਰ ਲੀਡਰ ਨੇ ਬੱਚੀ ਖੁੱਚੀ ਅਕਾਲੀ ਦਲ ਸੁਖਬੀਰ ਬਾਦਲ ਦੇ ਨਾਲ ਮੁੱਢ ਨਾਲ ਮੁੱਢਾ ਲਾ ਕੇ ਤੁਰੇਗੀ। ਜਿਹੜਾ ਉਹਨਾਂ ਦਾ ਸਟਾਈਲ ਆ ਵਰਕਿੰਗ ਹੈ ਉਹ ਆਮ ਸਹਿਮਤੀ ਬਣਾ ਕੇ ਚੱਲਣ ਦਾ ਮੇਰੇ ਖਿਆਲ ਦੇ ਵਿੱਚ ਨਹੀਂ ਹੈ। ਉਹਨਾਂ ਦਾ ਇੱਕ ਆਪਣਾ ਗਰੁੱਪ ਹੈ ਅਤੇ ਉਹਦੇ ਵਿੱਚ ਕੁਛ ਲੋਕ ਜਿਹੜੇ ਹੈਗੇ ਹੈ ਉਹ ਮੈਂ ਕਹਿੰਦਾ ਹੁੰਦਾ ਕਿ ਉਹ ਸਿਆਸੀ ਲੋਕ ਨਹੀਂ ਹੈ ਲੇਕਿਨ ਸਿਆਸਤ 'ਤੇ ਉਹ ਐਡਵਾਈਸ ਕਰਦੇ ਆ ਅਤੇ ਜਿਹੜੀ ਪੰਥਕ ਸਿਆਸਤ ਹੈ ਇਹ ਬਹੁਤ ਸਲਿਪਰੀ ਡੋਮੇਨ ਹੈ ਇਹ 'ਤੇ ਬਹੁਤ ਸੰਭਲ ਕੇ ਚੱਲਣਾ ਪੈਂਦਾ। ਬਾਦਲ ਸਾਹਿਬ ਫਿਰ ਵੀ ਬੈਲੈਂਸ ਕਰਕੇ ਚੱਲਦੇ ਰਹੇ ਉਹਨਾਂ ਦੀ ਸਿਫਤ ਸੀਗੀ। ਹਾਂਜੀ ਇਹ ਤਾਂ ਅਖੀਰ 'ਤੇ ਆ ਕੇ ਜਦੋਂ ਪਿਛਲੀ ਇਹਨਾਂ ਦੇ 17 ਤੋਂ ਆਪਣੀ 12 ਤੋਂ 17 ਤੱਕ ਦੀ ਸਰਕਾਰ ਸੀ ਜਦੋਂ ਬਰਗਾੜੀ ਵਾਪਰਿਆ ਉਹਦੇ 'ਚ ਗਲਤੀਆਂ ਹੋਈਆਂ ਅਦਰਵਾਈਜ਼ ਪਹਿਲਾਂ ਬਾਦਲ ਸਾਹਿਬ ਠੀਕ ਠਾਕ ਚੱਲਦੇ ਰਹੇ ਅਤੇ ਕਦੇ ਕਿਸੇ ਨੇ ਕੁਸਚਨ ਨਹੀਂ ਸੀ ਕੀਤਾ ਵੀ ਇਹਨਾਂ ਦੀ ਪੰਥਕ ਕ੍ਰੈਡੈਂਸ਼ੀਅਲ ਹੈ ਕਿ ਨਹੀਂ। ਉਦੋਂ ਇਹ ਜਦੋਂ ਬਰਗਾੜੀ ਵਾਪਰਿਆ ਉਦੋਂ ਇਹ ਹਾਂ ਸਭ ਤੋਂ ਪਹਿਲਾਂ ਉਦੋਂ ਪਹਿਲੀ ਅਤੇ ਆਖਰੀ ਢਾਹ ਉਦੋਂ ਹੀ ਲੱਗੀ ਹੈ। ਪਹਿਲਾਂ ਵੀ ਇੱਕ ਦੋ ਵਾਰੀ ਇਸ਼ੂਸ ਆਏ ਸੀਗੇ ਲੇਕਿਨ ਉਦੋਂ ਸੰਭਲ ਗਏ ਸੀ। ਮਸਲਨ 1989 ਦੇ ਵਿੱਚ ਇਹਨਾਂ ਦੀ ਪਾਰਟੀ ਬਿਲਕੁਲ ਹੀ ਮਾਰਜਨਲਾਈਜ਼ ਹੋ ਗਈ ਸੀਗੀ ਅਤੇ ਉਦੋਂ ਜਿਹੜਾ ਰੈਡੀਕਲ ਪੋਲੀਟਿਕਸ ਸੀ ਉਹ ਡੋਮੀਨੇਟ ਕਰ ਰਹੀ ਸੀਗੀ ਅਤੇ ਉਸ ਤੋਂ ਬਾਅਦ ਇਹ ਫਿਰ ਰਿਵਾਈਵ ਕਰ ਗਏ ਆਪਣੇ ਆਪ ਨੂੰ। ਬਹੁਤ ਵੱਡੀ ਇਹਨਾਂ ਦੀ ਸਿਫਤ ਹੈ ਕਿ ਉਸ ਪੋਜੀਸ਼ਨ ਤੋਂ ਪਹੁੰਚ ਕੇ ਜਦੋਂ ਬਿਲਕੁਲ ਕੋਈ ਇਹਨਾਂ ਦੇ ਨਾਲ ਨਹੀਂ ਸੀ ਰਹਿ ਗਿਆ ਪਾਰਟੀ ਦੇ ਉਸ ਤੋਂ ਫਿਰ ਇਹ ਵਾਪਸ ਆਏ ਅਤੇ 96 ਤੋਂ ਬਾਅਦ ਇਹਨਾਂ ਨੇ ਪਾਰਟੀ ਦਾ ਕੰਟਰੋਲ ਕੀਤਾ ਅਤੇ ਗੁਰਚਰਨ ਸਿੰਘ ਟੌੜਾ ਦੀ ਜਾਣ ਤੋਂ ਬਾਅਦ ਇਹ ਟੋਟਲ ਮੋਨੋਪੋਲੀ ਬਾਦਲ ਪਰਿਵਾਰ ਦੀ ਅਕਾਲੀ ਦਲ 'ਤੇ ਰਹੀ ਹੈ ਅਤੇ ਹੁਣ ਵੀ ਇਹਨਾਂ ਦੀ ਟੋਟਲ ਮੋਨੋਪੋਲੀ ਪਾਰਟੀ ਦੀ ਹੈਗੀ ਹੈ। ਹੁਣ ਸੁਖਬੀਰ ਸਿੰਘ ਜੀ ਅੱਗੇ ਉਸ ਮੋਨੋਪੋਲੀ ਨੂੰ ਕਿਵੇਂ ਲੈ ਕੇ ਚੱਲਦੇ ਆ ਗੱਲ ਇਹ ਦੇਖਣ ਵਾਲੀ ਹੈ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਕੁਸਚਨ ਹੋ ਰਹੀ ਹੈ। ਇੱਕ ਤਾਂ ਏਜੰਡਾ ਅਤੇ ਇੱਕ ਉਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਇਹ ਫਰਕ ਹੈ। ਬਾਦਲ ਸਾਹਿਬ ਦੇ ਵਿੱਚ ਆਨ ਦੀ ਸਰਫਿਸ ਬਹੁਤ ਨਿਮਰਤਾ ਸੀ ਅੰਦਰ ਦਿਲ ਦੇ ਵਿੱਚ ਜੋ ਮਰਜ਼ੀ ਹੋਵੇ ਲੇਕਿਨ ਉਹਨਾਂ ਦਾ ਬਿਹੇਵੀਅਰ ਹਮੇਸ਼ਾ ਹੀ ਬਹੁਤ ਹੰਬਲ ਨਿਮਰਤਾ ਵਾਲਾ ਸਭ ਦੀ ਇੱਜ਼ਤ ਕਰਨੀ ਉਹ ਸੀ। ਇੱਥੇ ਆ ਕੇ ਸੁਖਬੀਰ ਬਾਦਲ ਦਾ ਆਪਣੇ ਪਿਓ ਨਾਲ ਫਰਕ ਹੈਗਾ। ਥੈਂਕ ਯੂ।